ਦੇਖੋ ਜੀ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਜੋ ਆਪਣੇ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਸੁਨਾਮ ਦੇ ਪਿੰਡ ਭਗਵਾਨਪੁਰਾ ਦੇ ਵਿੱਚ ਜੋ ਕਿ ਇੱਕ 2 ਸਾਲ ਦਾ ਮਾਸੂਮ ਬੱਚਾ ਜਿਸਦਾ ਨਾਮ ਫਤਿਹਵੀਰ ਸਿੰਘ ਸੀਗਾ, ਜਿਸ ਨੂੰ ਇਹ ਦੁਨੀਆ ਦੇ ਬਾਰੇ ਹਜੇ ਤੱਕ ਨਹੀਂ ਪਤਾ ਸੀਗਾ ਵੀ ਉਹ ਦੁਨੀਆ ਦੇ ਵਿੱਚ ਇੱਕ 2 ਸਾਲ ਦਾ ਹੱਸਦਾ ਖੇਡਦਾ ਬੱਚਾ, ਜਿਸ ਨੂੰ ਕੁਛ ਪ੍ਰਸ਼ਾਸਨ ਦੀਆਂ ਗਲਤੀਆਂ ਦੀ ਵਜ੍ਹਾ ਨਾਲ ਆਪਦੀ ਜਾਨ ਤੋਂ ਆਪਦੀ ਜਾਨ ਗਵਾਉਣੀ ਪੈ ਗਈ, ਉਸਦੇ ਲਈ ਅਸੀਂ ਅੱਜ ਮੋਗਾ ਦੀਆਂ ਵੱਖ ਵੱਖ ਸਮਾਜਿਕ ਸੰਸਥਾਵਾਂ ਦੇ ਨਾਲ ਅਸੀਂ ਇਕੱਠੇ ਹੋ ਕੇ ਸ਼ਹੀਦੀ ਪਾਰਕ ਵਿਖੇ ਇੱਕ ਸ਼ਰਧਾਂਜਲੀ ਜੋ ਅਸੀਂ ਅਰਪਣ ਉਹਨਾਂ ਨੂੰ ਕੀਤੀ ਹੈ, ਔਰ ਉਸਦੇ ਨਾਲ ਹੀ ਅਸੀਂ ਸਭ ਤੋਂ ਪਹਿਲਾਂ ਆਪਦੇ ਜੋ ਸਾਡਾ ਮੋਗਾ ਵਾਸੀਆਂ ਵੱਲੋਂ ਸਾਰਿਆਂ ਵੱਲੋਂ ਅਪੀਲ ਹੈ ਵੀ ਹਾਈ ਕੋਰਟ ਵੱਲੋਂ ਸੁਪਰੀਮ ਕੋਰਟ ਵੱਲੋਂ ਇੱਕ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਜੋ ਕਿ ਆਪਣੇ ਖੇਤਾਂ ਦੇ ਵਿੱਚ ਬੰਦ ਪਏ ਬੋਰ ਪਿਛਲੇ 20-30 ਸਾਲਾਂ ਤੋਂ ਪਏ ਨੇ ਉਹ ਜਿਹਦੀ ਜਗ੍ਹਾ ਦੇ ਵਿੱਚ ਜਿਹਦੀ ਪੈਲੀ ਦੇ ਵਿੱਚ ਉਹ ਬੋਰ ਹੈ ਉਸ 'ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਔਰ ਪਰਚਾ ਦਰਜ ਹੋਣਾ ਚਾਹੀਦਾ ਜੇ ਉਹ ਬੰਦਾ ਆਪਦਾ ਬੋਰ ਨਹੀਂ ਬੰਦ ਕਰਵਾਉਂਦਾ। ਫਤਿਹਵੀਰ ਜੀ ਇਸ ਦੁਨੀਆ ਤੋਂ ਚਲੇ ਜਾਣਾ ਕੀ ਵੀ ਨਾਕਾਮੀ ਸਮਝਦੇ? ਦੇਖੋ ਜੀ, ਜਿਵੇਂ ਕਿ ਆਪਾਂ ਆਪਣੀ ਸਰਕਾਰ ਵੱਲੋਂ ਚਾਹੇ ਤੁਸੀਂ ਪੰਜਾਬ ਸਰਕਾਰ ਲਾਓ ਚਾਹੇ ਤੁਸੀਂ ਸੈਂਟਰਲ ਦੀ ਗੌਰਮੈਂਟ ਲਾਓ, ਵੱਖ ਵੱਖ ਸਰਕਾਰਾਂ ਵੱਲੋਂ ਸਮੇਂ ਸਮੇਂ ਦੇ ਉੱਪਰ ਡਿਜੀਟਲ ਇੰਡੀਆ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਜੋ ਕਿ ਅਸੀਂ ਡਿਜੀਟਲ ਇੰਡੀਆ ਨਹੀਂ ਇਹਨੂੰ ਗਿਣਦੇ, ਸਰਾਸਰ ਫੇਲ ਇੰਡੀਆ ਦੀਆਂ ਇਹ ਨਾਕਾਮੀਆਂ ਅੱਗੇ ਆਈਆਂ ਨੇ। ਜਿਵੇਂ ਕਿ ਤੁਹਾਨੂੰ ਪਤਾ ਹੈ ਸਰਕਾਰਾਂ ਗੱਲਾਂ ਕਰਦੀਆਂ ਨੇ ਮਜ਼ੈਲਾਂ ਦੀਆਂ, ਵੱਡੇ ਵੱਡੇ ਪਰਮਾਣੂਆਂ ਦੀਆਂ, ਵੱਡੀਆਂ ਵੱਡੀਆਂ 3,000 ਕਰੋੜ ਰੁਪਈਆ ਨਜਾਇਜ਼ ਮੂਰਤੀਆਂ ਦੇ ਉੱਪਰ ਖਰਚ ਰਹੀਆਂ ਨੇ। ਸਾਨੂੰ ਇਹ ਚੀਜ਼ਾਂ ਦਾ ਕੋਈ ਲੈਣਾ ਦੇਣਾ ਨਹੀਂ, ਸਾਨੂੰ ਤਾਂ ਜੋ ਡੇਲੀ ਦੇ ਵਿੱਚ ਜੋ ਸਾਡਾ ਛੋਟਾ ਬੱਚਾ ਸਾਡਾ ਫਤਿਹਵੀਰ ਜੋ ਕਿ ਇੱਕ ਪ੍ਰਸ਼ਾਸਨ ਦੀ ਨਾਕਾਮੀਆਂ ਕਰਕੇ ਚਲਾ ਗਿਆ, 120 ਫੁੱਟ ਬੋਰ ਇੱਕ ਗੌਰਮੈਂਟ ਦੇ ਵੱਲੋਂ 6 ਦਿਨਾਂ ਦੇ ਵਿੱਚ ਨਹੀਂ ਉਸਨੂੰ ਕੱਢਿਆ ਗਿਆ, ਔਰ ਅਸੀਂ ਸਾਰਾ ਮੋਗਾ ਵਾਸੀ ਸਾਰਾ ਪੰਜਾਬ ਸ਼ੇਮ ਔਨ ਗੌਰਮੈਂਟ, ਹਾਏ ਹਾਏ ਗੌਰਮੈਂਟ ਕਹਿੰਦੇ ਹਾਂ, ਜੋ ਕਿ ਬਹੁਤ ਹੀ ਜ਼ਿਆਦਾ ਨਾਕਾਮੀ ਹੈ, ਗੌਰਮੈਂਟ ਦੀ ਹੀ ਨਾਕਾਮੀ ਹੈ। ਮੁਰਦਾਬਾਦ! ਨਹੀਂ ਨਹੀਂ, ਇਹਦੇ ਵਿੱਚ ਗੌਰਮੈਂਟ ਦੀ ਹੀ ਨਾਕਾਮੀ ਹੈ ਜੀ।